ਬਹੁਤ ਬੁਰਾ ਹਾਲ ਖੁਲਾ ਕੇ ਦੇਖੋ ਸਾਡਾ ਕੀ ਹਾਲ ਹੈ ਇਸਕਾ। ਥਰਮਲ ਨੂੰ ਦਿਓ ਡੰਡੇ ਦੇ ਜ਼ੋਰ ਤੇ ਉਹ ਨਹੀਂ ਦੇ ਰਹੇ, ਥਰਮਲ ਵਾਲੇ ਸਾਫ ਪਾਣੀ ਵਰਤ ਰਹੇ ਨੇ ਕਿਸਾਨਾਂ ਨੂੰ ਪਹਿਲਾਂ ਸੀਵਰੇਜ ਦਾ ਦੇਈਗੇ, ਕਿਉਂਕਿ ਮੌਕਾ ਦੇਖ ਰਹੇ ਨੇ, ਡੀਸੀ ਆ ਕੇ ਦੇਖ ਲਏ, ਕੋਈ ਪ੍ਰਧਾਨ ਆ ਕੇ ਦੇਖ ਲਏ, ਕੋਈ ਐਮਸੀ ਆ ਕੇ ਦੇਖ ਲਏ, ਸਾਰਾ ਗੰਦ ਹੈ ਸਾਡੇ ਧੀਆਂ ਭੈਣਾਂ ਇੰਨਾ ਔਖਾ ਹੁੰਦੀਆਂ ਨੇ, ਛੱਡ ਦੇ ਗੱਲਾਂ। ਪਿਛਲੇ ਵਾਰੀ ਵੀ ਇਹਨਾਂ ਦਾ ਬੰਦਾ ਜਿੱਤਿਆ ਸੀ, ਉਹ ਗੱਲ ਵੱਖਰੀ ਹੈ, ਪੈਸੇ ਲੈ ਕੇ ਅਗਲਾ ਪਾਰਟੀ ਬਦਲ ਜਾਂਦਾ, ਅਸੀਂ ਉਹਨਾਂ ਨੂੰ ਅੱਕੇ ਪਏ ਹਾਂ, ਵੋਟੇ ਨੀ ਪਾਉਂਦੇ। ਉਹ ਤਾਂ ਆ ਹੀ ਨੀ ਗਾ ਪਵਨ ਕੁਮਾਰ, ਆ ਸੇਠੀ ਅੰਕਲ ਹੈ, ਇਹਨੂੰ ਅਸੀਂ ਕੁਛ ਮਰਜ਼ੀ ਕਹੀ ਆਈਏ, ਇਹ ਬੰਦਾ ਨਾਲ ਤੁਰਦਾ ਵੀ ਹੈ, ਖੜਦਾ ਵੀ ਹੈ। ਪਹਿਲੇ ਵੀ ਹਮ ਲੋਕ ਬੋਲੇ, ਫਿਰ ਵੀ ਆਏ, ਫਿਰ ਵੀ ਦੇਖ ਕੇ ਚਲ ਗਏ, ਮਗਰ ਕੁਛ ਵੀ ਨੀ ਕਹੇ, ਉਹੀ ਪਾਣੀ ਕਾ ਪਾਣੀ ਖੜਾ। ਸਕੂਲ ਡਰੈਸ ਵੀ ਖਰਾਬ ਹੋ ਰਹੀ ਹੈ, ਆਟੋ ਵੀ ਲੰਘਦੀ, ਹਮ ਲੋਕ ਵੀ ਜਾਣਾ ਆਉਣਾ। ਮੰਤਰੀ ਨੇ ਆਉਣਾ ਹੋਵੇ, ਜਿਵੇਂ ਉਹਦੇ ਭਗਵੰਤ ਮਾਨ ਜੀ ਆਪ ਆਏ ਸੀਗੇ, ਉਹਦੇ ਜਮਾ ਨੀ ਸੀਗਾ ਵੋਟ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਪੀ ਨਿਊਜ਼ ਤੇ, ਮੈਂ ਪਰਮਦੀਪ ਰਾਣਾ। ਮਾਨਸਾ ਦਾ ਹਾਲ ਅੱਜ ਦਿਖਾਵਾਂਗੇ ਅਸਲ ਦੇ ਵਿੱਚ ਕੀ ਹੋਇਆ ਪਿਆ। ਪਹਿਲਾਂ ਤਾਂ ਇਹ ਤਸਵੀਰਾਂ ਦੇਖ ਲਓ, ਜਿਹੜੀਆਂ ਗਲੀ ਦਾ ਹਾਲ ਹੈ, ਇਹ ਮਾਨਸਾ ਦਾ ਵਾਰਡ ਨੰਬਰ 10 ਹੈ ਅਤੇ ਇੱਕ ਪਾਸੇ ਵਾਰਡ ਨੰਬਰ 8 ਹੈ, ਤਾਂ ਪੂਰੇ ਸ਼ਹਿਰ ਦੇ ਵਿੱਚ ਹੀ ਇਹੀ ਹਾਲ ਹੈ। ਪਾਣੀ ਜਮ੍ਹਾਂ ਇਹ ਅੱਜ ਨਹੀਂ ਹੋਇਆ, ਕੱਲ੍ਹ ਨਹੀਂ ਹੋਇਆ, ਪੂਰਾ ਇੱਕ ਮਹੀਨੇ ਤੋਂ ਕਹਿੰਦੇ ਵੀ ਜਮ੍ਹਾਂ ਹੈ, ਅਤੇ ਜਦੋਂ ਵੀ ਥੋੜ੍ਹੀ ਜਿਹੀ ਬਾਰਿਸ਼ ਪੈਂਦੀ ਹੈ ਤਾਂ ਇਹ ਪਾਣੀ ਜਿਹੜਾ ਇੱਥੇ ਜਮ੍ਹਾਂ ਹੋ ਜਾਂਦਾ ਅਤੇ ਲਗਾਤਾਰ ਇੱਥੇ ਖੜਿਆ ਰਹਿੰਦਾ। ਤਾਂ ਮਾਨਸਾ ਦਾ ਹਾਲ ਤੁਸੀਂ ਦੇਖ ਸਕਦੇ ਹੋ, ਅਤੇ ਲੋਕ ਬੜੇ ਪਰੇਸ਼ਾਨ ਨੇ, ਤਰਾਹ ਤਰਾਹ ਕਰਦੇ ਪਏ ਆ, ਇਹਨਾਂ ਨੇ ਇਕੱਠ ਕੀਤਾ ਅਤੇ ਇੱਕ ਗੱਲ ਕੀ ਕਹਿੰਦੇ ਨੇ ਉਹ ਤੁਹਾਨੂੰ ਵੀ ਸੁਣਾਉਂਦੇ ਆ ਵੀ ਲੋਕ ਕਿਵੇਂ ਆਪਣੀ ਗੁਹਾਰ ਜਿਹੜੀ ਆ ਸਰਕਾਰ ਤੱਕ ਲਗਾਉਣੀ ਚਾਹੁੰਦੇ। ਬਾਈ ਕੀ ਹਾਲ ਹੈ ਇੱਥੇ ਮੁਹੱਲੇ ਦਾ? ਬਾਈ ਬਹੁਤ ਜ਼ਿਆਦਾ ਬੁਰਾ ਹਾਲ ਹੈ, ਇਹ ਤਾਂ ਤੁਸੀਂ ਮੀਂਹ ਦਾ ਕਹਿਤਾ ਨਾ, ਮੀਂਹ ਦਾ ਪਾਣੀ ਨਹੀਂ ਹੈ, ਮੀਂਹ ਨਾਲ ਤਾਂ ਸਾਨੂੰ ਕੋਈ ਦਿੱਕਤ ਹੀ ਨਹੀਂ, ਸੀਵਰੇਜ ਅਤੇ ਨਾਲੀਆਂ ਦਾ ਪਾਣੀ, ਇਹਦੀ ਨਿਕਾਸੀ ਨਹੀਂ ਕਰ ਰਿਹਾ ਕੋਈ। ਕਿੰਨੇ ਚਿਰ ਤੋਂ ਖੜਾ? ਇਹ ਤਾਂ ਜੀ ਮੈਂ ਤੁਹਾਨੂੰ ਸਾਲ ਪੁਰਾਣੀ ਫੇਸਬੁੱਕ 'ਤੇ ਵੀਡੀਓ ਪਾਈਆਂ ਹੋਈਆਂ ਦਿਖਾਉਂਦੇ, ਉਦੋਂ ਦਾ ਵੀ ਹੈ, ਦਿਵਾਲੀ ਵੇਲੇ ਵੀ ਆਈ ਹਾਲ ਸੀ। ਅੱਛਾ, ਕੰਪਲੇਂਟ ਬਾਈ? ਕੰਪਲੇਟਾਂ ਵੀ ਵਾਧੂ, ਐਮਸੀਆਂ, ਐਮਐਲਏ ਜਿਹਦੇ ਕੋਲ ਜਾ ਸਕਦਾ, ਸੀਵਰੇਜ ਬੋਰਡ, ਮਾਨਸਾ ਨਗਰ ਕੌਂਸਲਰ, ਕੋਈ ਨਹੀਂ ਸੁਣਦਾ। ਵੀ ਐਂ ਕਹਿੰਦੇ ਨੇ ਵੀ ਸਾਰੀ ਮਾਨਸਾ 'ਚ ਹੀ ਖੜਾ ਹੈਗਾ, ਜੇ ਸਾਰੀ ਮਾਨਸਾ 'ਚ ਖੜਾ ਬਈ ਤੁਸੀਂ ਕੁਰਸੀਆਂ ਛੱਡ ਦਿਓ, ਐਮਐਲਏ ਕਾਹਦੇ ਵਾਸਤੇ ਬਣੇ, ਪ੍ਰਧਾਨ ਕਾਹਦੇ ਵਾਸਤੇ ਬਣੇ, ਕੋਈ ਬਾਲੀ ਵਾਰਸ ਨਹੀਂ ਬਈ ਮਾਨਸਾ ਦਾ, ਤੁਸੀਂ ਹਾਲ ਦੇਖ ਰਹੇ ਹੋਗੇ। ਇਦੂ ਬਾਅਦ ਹੁਣ ਡੇਂਗੂ ਡੂੰਗੂ ਹੋ ਗਿਆ, ਮੁੜ ਕੇ ਆਪਣੇ ਘਰਾਂ ਦੇ ਫਰਿੱਜ ਚੈੱਕ ਹੋਣਗੇ ਵੀ ਤੁਹਾਡੇ ਅੰਦਰ ਕੋਈ ਪਾਣੀ ਤਾਂ ਨਹੀਂ, ਕਹਿੰਦੇ ਜੁਰਮਾਨਾ ਲੋਕਾਂ ਨੂੰ, ਉਦੋਂ ਲੋਕਾਂ ਨੂੰ ਜੁਰਮਾਨਾ ਵੀ ਪਊਗਾ। ਆਹ ਇਹਨਾਂ ਨੂੰ ਗੰਦਗੀ ਦਿੰਦੇ ਨੇ, ਹਰੇ ਬਾਈ ਦੇਖੋ ਬਾਈ, ਇਹਦੇ ਮੱਛਰ ਵੀ ਬਹੁਤ ਜ਼ਿਆਦਾ ਪੈਦਾ ਹੁੰਦਾ, ਨਹੀਂ ਤਾਂ ਆਪਾਂ ਕਹਿੰਦੇ ਨਹੀਂ ਸੀਗੇ ਇਹਦੇ ਡੇਂਗੂ ਮਲੇਰੀਆ। ਹੁਣ ਤੁਹਾਨੂੰ ਪਤਾ ਹੀ ਹੈ ਗਰਮੀਆਂ ਦੇ ਮੌਸਮ ਆਉਣ ਕਰਕੇ ਇਦੂ ਬਾਅਦ ਬਿਮਾਰੀਆਂ ਕਿੰਨੀਆਂ ਜ਼ਿਆਦਾ ਫੈਲਣ ਦਾ ਡਰ ਹੈਗਾ। ਆਹ ਪਾਣੀ ਦੇਖ ਸਕਦੇ ਹੋ ਤੁਸੀਂ, ਆਹ ਗਾਰਾ ਨੀਰਾ ਗੰਦ ਹੈ। ਤਾਂ ਬਿਲਕੁਲ ਗੱਲ ਸਹੀ ਹੈ ਵੀ ਬਾਅਦ 'ਚ ਜੁਰਮਾਨੇ ਲੋਕਾਂ ਨੂੰ ਹੋਣਗੇ ਜਦੋਂ ਚੈਕਿੰਗਾਂ ਹੋਣਗੀਆਂ ਵੀ ਡੇਂਗੂ ਪਾਇਆ ਗਿਆ, ਤੇ ਆਂਟੀ ਜੀ ਕੀ ਕਹੋਗੇ, ਕਿੰਨਾ ਕੁ ਬੁਰਾ ਹਾਲ ਹੈ ਫਿਰ? ਮਹੀਨਾ ਤਾਂ ਬਹੁਤ ਜ਼ਿਆਦਾ ਹੈ। ਅੱਛਾ, ਹਾਂ ਬਹੁਤ ਬੁਰਾ ਹਾਲ ਹੈ, ਡੱਕ ਖੁਲਾ ਕੇ ਦੇਖੋ ਸਾਡਾ ਕੀ ਹਾਲ ਹੈ ਇਸਕਾ। ਕਿਵੇਂ ਲੱਗਦਾ ਫਿਰ, ਕੀ ਕਿਵੇਂ ਦੇਖ ਰਹੇ ਹੋ ਕਾਰਵਾਈ ਜਿਹੜੀ ਪ੍ਰਸ਼ਾਸਨ ਕਰ ਰਿਹਾ ਜਾਂ ਨਗਰ ਕੌਂਸਲ ਵੱਲੋਂ ਕੰਮ ਜਿਹੜਾ ਹੋਇਆ?
ਇਹ ਕੁਛ ਵੀ ਨਹੀਂ ਹੋਇਆ ਸਰ ਸਰ ਕਹਿੰਦੇ ਵੀ ਗਲੀਆਂ ਸਾਫ ਨੇ ਕਹਿੰਦੇ ਵੀ ਦੇਖ ਲੈਣ ਮੌਕਾ ਆ ਕੇ ਦੇਖ ਲੈਣ ਆ ਕੇ ਮੌਕਾ ਦੇਖ ਲੈਣ ਡੀਸੀ ਆ ਕੇ ਦੇਖ ਲੈ ਕੋਈ ਪ੍ਰਧਾਨ ਆ ਕੇ ਦੇਖ ਲੈ ਕੋਈ ਐਮਸੀ ਆ ਕੇ ਦੇਖ ਲੈ ਸਾਰਾ ਗੰਦ ਹੈ ਸਾਡੇ ਧੀਆਂ ਭੈਣਾਂ ਇੰਨਾ ਔਖਾ ਹੁੰਦੀਆਂ ਨੇ ਛੱਡਦੇ ਗੱਲਾਂ ਲੱਗਦਾ ਹਾਂ ਲੱਗਦਾ ਵੀ ਐਮਸੀ ਬਣਾਉਣ ਦਾ ਕੋਈ ਫਾਇਦਾ ਹੋਇਆ ਸਾਨੂੰ ਕੋਈ ਫਾਇਦਾ ਨਹੀਂ ਅੱਜ ਸਾਨੂੰ ਕੋਈ ਫਾਇਦਾ ਨਹੀਂ ਅਸੀਂ ਤਾਂ ਵੋਟਾਂ ਹੀ ਨਹੀਂ ਪਾਉਂਦੇ ਗੇ ਅਸੀਂ ਉਹਨਾਂ ਨੂੰ ਅੱਕੇ ਪਏ ਹਾਂ ਵੋਟਾਂ ਹੀ ਨਹੀਂ ਪਾਉਂਦੇ ਅੱਛਾ ਕੀ ਲੱਗਦਾ ਵੀ ਕੋਈ ਹੈਗਾ ਸੁਣਨ ਵਾਲਾ ਨਹੀਂ ਯਾਰ ਕੋਈ ਵੀ ਨਹੀਂ ਸੁਣਨੇ ਕੇ ਲਈ ਸਾਰੇ ਜਿਹਨੇ ਆ ਜਾਂਦੇ ਸਾਰੇ ਜਿਹਨੇ ਆ ਕੇ ਦੇਖ ਵੀ ਜਾਂਦੇ ਮਗਰ ਕੋਈ ਵੀ ਨਹੀਂ ਹਾਂ ਅਸੀਂ ਵੋਟ ਪਾਓ ਜੀ ਤੁਸੀਂ ਅਸੀਂ ਕਰ ਦਾਂਗੇ ਕੋਈ ਵੀ ਕੁਛ ਨਹੀਂ ਕਰਕੇ ਜਾਂਦਾ ਕੋਈ ਵੀ ਨਹੀਂ ਆਤਾ ਹੈ ਖਾਲੀ ਦੇਖ ਕੇ ਚਲ ਜਾਂਦਾ ਪਹਿਲੇ ਵੀ ਹਮ ਲੋਕ ਬੋਲੇ ਫਿਰ ਵੀ ਆਏ ਫਿਰ ਵੀ ਦੇਖ ਕੇ ਚਲ ਗਏ ਮਗਰ ਕੁਛ ਵੀ ਨਹੀਂ ਕਹੇ ਉਹੀ ਪਾਣੀ ਕਾ ਪਾਣੀ ਖੜਾ ਗੰਦੇ ਪਾਣੀ ਔਰ ਨਾਲੀ ਕਾ ਸਾਰਾ ਆਪਣਾ ਘਰ ਮੇ ਵੀ ਜਾ ਰਹਾ ਹੈ ਬੱਚੇ ਲੋਕ ਕੋਈ ਸਕੂਲ ਜਾਣਾ ਹੈ ਆਪਣੇ ਦੁਕਾਨ ਮੇ ਵੀ ਜਾਣਾ ਬੱਚੇ ਕੋ ਵੀ ਬਹੁਤ ਔਖਾ ਹੈ ਬੂਟ ਪੋਲਿਸ਼ ਕਰਤੇ ਹੈ ਉਹ ਵੀ ਖਰਾਬ ਹੋ ਰਹੀ ਹੈ ਸਕੂਲ ਡਰੈਸ ਵੀ ਖਰਾਬ ਹੋ ਰਹੀ ਹੈ ਆਟੋ ਵੀ ਲੰਘਤੀ ਹਮ ਲੋਕ ਕੋ ਵੀ ਜਾਣਾ ਹੈ ਆਨਾ ਹੈ ਹਮ ਲੋਕ ਕੋ ਵੀ ਕੱਪੜੇ ਖਰਾਬ ਹੋ ਨਾਲੇ ਵੀ ਦੇਖਦੇ ਹੋਗੇ ਔਖੇ ਹੋ ਕੇ ਲੱਗਦੇ ਹੋਣਗੇ ਦੇਖ ਰਹੇ ਸਾਰੇ ਜਣੇ ਦੇਖ ਰਹੇ ਇੱਕ ਗੱਲ ਹੋਰ ਹੈ ਜੇ ਕਿਸੇ ਇੱਥੇ ਮੰਤਰੀ ਨੇ ਆਉਣਾ ਹੋਵੇ ਜਿਵੇਂ ਉਹਦੇ ਭਗਵੰਤ ਮਾਨ ਜੀ ਆਪ ਆਏ ਸੀਗੇ ਉਹਦੇ ਉਹਦੇ ਜਮ੍ਹਾਂ ਨਹੀਂ ਸੀਗਾ ਵੋਟਾਂ ਸੀਗੀਆਂ ਜਦੋਂ ਵੋਟਾਂ ਦੇ 3-4 ਦਿਨ ਪਹਿਲਾਂ ਜਮ੍ਹਾਂ ਸਾਫ਼ ਹੋ ਗਿਆ ਸੀਗਾ ਇੱਕ ਬੂੰਦ ਵੀ ਨਹੀਂ ਸੀ ਸਾਰੇ ਸ਼ਹਿਰ 'ਚ ਪਾਣੀ ਆ ਉਦੋਂ ਮੁੜ ਕੇ ਫੇਰ ਇਹੀ ਹਾਲ ਹੈ ਅਸੀਂ ਬੰਦਿਆਂ ਦੀ ਗਿਣਤੀ 'ਚ ਨਹੀਂ ਆਉਂਦੇ ਆਮ ਲੋਕ ਨੇ ਜਿਹੜੇ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਲੰਬੀ ਤਸਵੀਰ ਦਿਖਾ ਦੇ ਵੀ ਉਹ ਪਾਣੀ ਖੜਾ ਕਿੱਥੋਂ ਤੱਕ ਹੈ ਪੂਰੇ ਵਾਰਡ ਦੇ ਵਿੱਚ ਪਾਣੀ ਜਮ੍ਹਾਂ ਹੈ ਅਤੇ ਇਹ ਪਾਣੀ ਲਗਭਗ ਇਹ ਕਹਿੰਦੇ ਵੀ ਇੱਥੇ ਖੜਾ ਹੀ ਰਹਿੰਦਾ ਚਾਹੇ ਸਾਲਾ ਵਧੀ ਹੋ ਜੇ ਪਰ ਇੱਥੇ ਪਾਣੀ ਜਿਹੜਾ ਤੁਹਾਨੂੰ ਇਸੇ ਤਰ੍ਹਾਂ ਮਿਲੂਗਾ ਲੋਕ ਖੱਜਲ ਖੁਆਰ ਹੋ ਰਹੇ ਆ ਛੋਟੇ ਛੋਟੇ ਬੱਚੇ ਇੱਥੇ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਇਹ ਪਾਣੀ ਪਰ ਧਿਆਨ ਕਿਸੇ ਦਾ ਨਹੀਂ ਕਹਿੰਦੇ ਵੀ ਬਾਰਿਸ਼ ਹੋਈ ਹੈ ਚਾਰੇ ਪਾਸੇ ਤਾਂ ਬਾਰਿਸ਼ ਹੋਈ ਪਰ ਇੱਥੇ ਤਾਂ ਬਿਨਾਂ ਬਾਰਿਸ਼ ਤੋਂ ਪਾਣੀ ਕਹਿੰਦੇ ਖੜਾ ਰਹਿੰਦਾ ਲੋਕ ਪਰੇਸ਼ਾਨ ਨੇ ਧਿਆਨ ਦੇਣਾ ਚਾਹੀਦਾ ਪ੍ਰਸ਼ਾਸਨ ਨੂੰ ਲੋਕ ਨੇ ਜਿਹੜੇ ਵੋਟਾਂ ਪਾਉਂਦੇ ਨੇ ਇੱਕ ਉਮੀਦ ਜਿਤਾਉਂਦੇ ਆ ਵੀ ਸਾਡਾ ਕੋਈ ਭਲਾ ਹੋਊਗਾ ਪਰ ਭਲਾ ਕਿਸੇ ਦਾ ਨਹੀਂ ਹੋਇਆ ਲੋਕ ਅੱਜ ਵੀ ਦੁਖੀ ਨੇ ਤਾਂ ਹੁਣ ਧਿਆਨ ਕੌਣ ਦਊਗਾ ਧਿਆਨ ਦੇਣ ਦੀ ਲੋੜ ਹੈ ਬਈ ਲੱਗਦਾ ਵੀ ਹੁਣ ਫਿਰ ਵੋਟਾਂ ਪਾਵਾਂਗੇ ਇਹਨਾਂ ਨੂੰ ਵੋਟਾਂ ਵੀ ਸਾਡੇ ਵਾਰਡ ਵਾਲਿਆਂ ਨੂੰ 8 ਨੰਬਰ ਨੂੰ ਤਾਂ ਅਸੀਂ ਜਮ੍ਹਾਂ ਵੀ ਨਹੀਂ ਪਾਉਂਦੇ ਗੇ ਉਹ ਤਾਂ ਆਇਆ ਹੀ ਨਹੀਂ ਗਾ ਪਵਨ ਕੁਮਾਰ ਆਹ ਸੇਠੀ ਅੰਕਲ ਹੈ ਇਹਨੂੰ ਅਸੀਂ ਕੁਛ ਮਰਜ਼ੀ ਕਹੀ ਜਾਈਏ ਇਹ ਬੰਦਾ ਨਾਲ ਤੁਰਦਾ ਵੀ ਹੈ ਖੜਦਾ ਵੀ ਹੈ ਪਰ ਇਹਦੀ ਸੁਣਦੀ ਨਹੀਂ ਅੱਜ ਮੈਂ ਤੜਕੇ ਵੀ ਉੱਥੇ ਸੀਵਰੇਜ ਬੋਰਡ 'ਤੇ ਜਾ ਕੇ ਆਇਆ ਉਹ ਕਹਿੰਦੇ ਸਾਨੂੰ ਜਗ੍ਹਾ ਦੇ ਦਿਓ ਅਸੀਂ ਪਾਣੀ ਕੱਢੀਏ ਕਿੱਥੇ ਸਾਰੇ ਸ਼ਹਿਰ ਦੀ ਇਹ ਹਾਲ ਹੈਗਾ ਇਹ ਕੋਈ ਲੋਕਾਂ ਦੀ ਜ਼ਿੰਮੇਵਾਰੀ ਹੈ ਵੀ ਇਹ ਲੋਕਾਂ ਦੀ ਤਾਂ ਨਹੀਂ ਬਾਈ ਜ਼ਿੰਮੇਵਾਰੀ ਤਾਂ ਕੁਰਸੀਆਂ 'ਤੇ ਬੈਠਣ ਵਾਲੇ ਨੇ ਉਹਦਾ ਕੰਮ ਹੁਣ ਇਹਨਾਂ ਨੇ ਇਹ ਕਹਿ ਦਿਓ ਕਿ ਅਸੀਂ ਕਿਸਾਨਾਂ ਨੂੰ ਸਾਫ਼ ਪਾਣੀ ਦੇ ਦਾ ਤੁਸੀਂ ਪਹਿਲਾਂ ਇਹ ਤਾਂ ਦੇਖ ਲਓ ਚੱਲ ਤੁਸੀਂ ਕਿਸਾਨਾਂ ਨੂੰ ਸਾਫ਼ ਪਾਣੀ ਤਾਂ ਦੇ ਦਾ ਆਹ ਪਾਣੀ ਕਿੱਥੇ ਜਾਊਗਾ ਫਿਰ ਜ਼ਿਆਦਾ ਤੁਸੀਂ ਇਹ ਥਰਮਲ ਨੂੰ ਦਿਓ ਡੰਡੇ ਦੇ ਜ਼ੋਰ 'ਤੇ ਉਹ ਨਹੀਂ ਦੇ ਰਹੇ ਥਰਮਲ ਵਾਲੇ ਸਾਫ਼ ਪਾਣੀ ਵਰਤ ਰਹੇ ਨੇ ਕਿਸਾਨਾਂ ਨੂੰ ਪਹਿਲਾਂ ਸੀਵਰੇਜ ਦਾ ਦੇਈਏ ਤੁਸੀਂ ਆਹ ਪਾਣੀ ਸੀਵਰੇਜ ਹਾਂ ਇਹ ਜਿਹੜਾ ਨਾਲੀਆਂ ਦਾ ਗੰਦਾ ਪਾਣੀ ਹੈ ਇਹ ਥਰਮਲ ਨੂੰ ਦੇ ਸਕਦੇ ਜਿਹੜਾ ਆਪਣੇ ਆਹ ਤਲਵੰਡੀ ਰੋਡ 'ਤੇ ਇੱਕ ਮੈਂ ਨਾਮ ਨਹੀਂ ਪਤਾ ਗਾ ਉਹਨੂੰ ਦੇ ਸਕਦੇ ਦੇ ਨਹੀਂ ਉਹ ਜਮ੍ਹਾਂ ਸਾਫ਼ ਪਾਣੀ ਵਰਤ ਰਿਹਾ ਬਈ ਪੀਣ ਵਾਲਾ ਆਹ ਪਾਣੀ ਆਪਣਾ ਖਰਾਬ ਹੀ ਜਾ ਰਿਹਾ ਜਿਹੜਾ 12 'ਚ ਖੜਾ ਗਾ ਲੱਗਦਾ ਵੀ ਕਦੇ ਕੋਈ ਹੱਲ ਹੋਊ ਨਹੀਂ ਹੁੰਦਾ ਬਈ ਹੱਲ ਹੁੰਦਾ ਦੀਂਦਾ ਹੀ ਨਹੀਂ ਗਾ ਆਪਾਂ ਕਹਿ ਦਿੰਦੇ ਸੀਗੇ ਕੀ ਪਊਗਾ ਕਰਨਾ ਤਾਂ ਹੁਣ ਬਈ ਪ੍ਰਸ਼ਾਸਨ ਨੇ ਕਰਨਾ ਗਾ ਕੁਛ ਤਾਂ ਹੋਵੇ ਪਰ ਵੋਟਾਂ ਤਾਂ ਆਈਆਂ ਹੀ ਪਈਆਂ ਨੇ ਜਿਵੇਂ ਆਹ ਹੁਣ ਹੋਇਆ ਗਾ ਲੋਕ ਸਭਾ ਦੀਆਂ ਵੋਟਾਂ 'ਚ ਵਿਧਾਨ ਸਭਾ ਦੀਆਂ ਵੋਟਾਂ 'ਚ ਵੀ ਫਿਰ ਇਹੀ ਹਾਲ ਹੋ ਜੂਗਾ ਵੀ ਉਦੋਂ ਪਤਾ ਲੱਗ ਜੂ ਇਹਨਾਂ ਨੂੰ ਉਦੋਂ ਲੱਗ ਜੂ ਬਈ ਪਤਾ ਸਾਡੇ ਮਾਨਸਾ ਨੇ ਤਾਂ ਹਰ ਵਾਰੀ ਇਹਨਾਂ ਨੂੰ ਜਿਤਾਇਆਗਾ ਪਿਛਲੇ ਵਾਰੀ ਵੀ ਇਹਨਾਂ ਦਾ ਬੰਦਾ ਜਿੱਤਾ ਸੀ ਉਹ ਗੱਲ ਵੱਖਰੀ ਹੈ ਪੈਸੇ ਲੈ ਕੇ ਅਗਲਾ ਪਾਰਟੀ ਬਦਲ ਜਾਂਦਾ ਪਰ ਐਤਕੀ ਨਹੀਂ ਜਿੱਤਦਾ ਆਹ ਲੋਕਾਂ ਦੀ ਆਵਾਜ਼ ਤੁਸੀਂ ਸੁਣੀ ਹੈ ਵੀ ਘਰਾਂ 'ਚ ਬੈਠੇ ਲੋਕ ਕਿੰਨੇ ਪਰੇਸ਼ਾਨ ਨੇ ਘਰੋਂ ਨਿਕਲਣ ਕਿਵੇਂ ਕਿਉਂਕਿ ਆਹ ਪਾਣੀ ਜਮ੍ਹਾਂ ਹੋਇਆ ਪਿਆ ਪਾਣੀ ਮੀਂਹਦਾ ਨਹੀਂ ਇੱਥੇ ਪੂਰੇ ਵਾਰਡਾਂ ਦੇ ਵਿੱਚ ਇੱਕ ਦੋਸਤੋ ਜਿੰਨੇ ਵੀ ਮਾਨਸਾ ਦੇ ਵਿੱਚ ਰਹਿਣ ਵਾਲੇ ਨੇ ਕਮੈਂਟ ਕਰਕੇ ਜ਼ਰੂਰ ਦੱਸੋ ਵੀ ਕਿਹੜੇ ਕਿਹੜੇ ਵਾਰਡ ਦੇ ਵਿੱਚ ਇਹ ਹਾਲ ਹੋਇਆ ਅਤੇ ਕਿੰਨੇ ਚਿਰ ਤੋਂ ਪਾਣੀ ਖੜਾ ਅਤੇ ਸੁਣਵਾਈ ਹੋਈ ਜਾਂ ਨਹੀਂ ਤਾਂ ਇਸੇ ਤਰ੍ਹਾਂ ਹਰ ਇੱਕ ਗੱਲਬਾਤ ਤੁਹਾਡੇ ਤੱਕ ਪਹੁੰਚਾਵਾਂਗੇ ਮਾਨਸਾ ਦਾ ਹਾਲ ਤੁਸੀਂ ਦੇਖਿਆ ਕਮੈਂਟ ਕਰਕੇ ਆਪਣੀ ਰਾਏ ਕਰਿਓ ਸਾਂਝੀ ਅਤੇ ਸਰਕਾਰ ਅਤੇ ਪ੍ਰਸ਼ਾਸਨ ਦੀ ਨਿਗਾਹ ਦੇ ਵਿੱਚ ਕੰਮ ਹੋਣ ਦੇ ਬਾਵਜੂਦ ਵੀ ਇਹ ਹੱਲ ਨਹੀਂ ਹੋ ਰਿਹਾ ਹੁਣ ਦੇਖਣਾ ਹੈ ਵੀ ਕਦੋਂ ਜਾਗਦੀ ਆ ਪ੍ਰਸ਼ਾਸਨ ਅਤੇ ਕਦੋਂ ਨਗਰ ਕੌਂਸਲ ਦੀ ਨੀਂਦ ਖੁੱਲਦੀ ਹੈ ਅਤੇ ਕਦੋਂ ਇਹਨਾਂ ਲੋਕਾਂ ਦਾ ਹੁੰਦਾ ਹੱਲ ਕੈਮਰਾਮੈਨ ਮਨੀਸ਼ ਦੇ ਨਾਲ ਪਰਮਦੀਪ ਰਾਣਾ FOP ਨਿਊਜ਼ ਧੰਨਵਾਦ।